ਕਨੈਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਸਾਹਿਬ ਅਸੀਂ ਇਸ ਵਕਤ ਸਤਿਕਾਰਯੋਗ ਹਰਵਿੰਦਰ ਸਿੰਘ ਜੀ ਫੁਲਕਾ ਹੋਣਾ ਦੇ ਨਾਲ, ਕਰਨੈਲ ਸਿੰਘ ਜੀ ਪੀਰ ਮੁਹੰਮਦ ਹੋਣਾ ਦੇ ਨਾਲ ਔਰ ਸਤਿਕਾਰਯੋਗ ਦਵਿੰਦਰ ਸਿੰਘ ਜੀ ਸੋਢੀ ਹੋਣਾ ਦੇ ਨਾਲ ਖੜੇ ਹਾਂ। ਇਹ ਇਸ ਵਕਤ ਕਰਕੰਡੂਮਾ ਦੀ ਅਦਾਲਤ ਹੈ ਜਿੱਥੇ ਕਿ ਹੁਣੇ ਹੁਣੇ ਸੱਜਣ ਕੁਮਾਰ ਦੀ ਤਰੀਕ ਦੀ ਪੇਸ਼ੀ ਹੋਈ ਹੈ। ਆਪਾਂ ਗੱਲਬਾਤ ਕਰਦੇ ਹਾਂ ਫੁਲਕਾ ਸਾਹਿਬ ਦੇ ਨਾਲ। ਫੁਲਕਾ ਸਾਹਿਬ, ਅੱਜ ਦਾ ਕੀ ਫੈਸਲਾ ਹੋਇਆ ਅਦਾਲਤ ਦਾ? ਅਜੇ ਤਾਂ ਬਹਿਸ ਚੱਲ ਰਹੀ ਹੈ, ਅੱਜ ਜੀ ਕੋਈ ਫੈਸਲਾ ਨਹੀਂ ਹੋਇਆ ਨਹੀਂ। ਫੈਸਲਾ ਤਾਂ ਅਜੇ ਟਾਈਮ ਲੱਗੇਗਾ, ਪਹਿਲਾਂ ਬਹਿਸ ਚੱਲੇਗੀ। CBI ਦੇ ਵੱਲੋਂ ਜੋ ਬਹਿਸ ਚੱਲ ਰਹੀ ਹੈ ਅਜੇ, ਔਰ ਉਸ ਤੋਂ ਬਾਅਦ ਜੋ ਮੁਲਜ਼ਮ ਦੇ ਪੱਖ ਦੇ ਵਕੀਲ ਨੇ ਉਹਨਾਂ ਦੀ ਬਹਿਸ ਚੱਲੇਗੀ। ਤਕਰੀਬਨ ਅੱਜ ਕਿਸ ਮੁੱਦੇ ਤੇ ਬਹਿਸ ਚੱਲੀ ਹੈ? ਅੱਜ ਚੱਲੀ ਹੈ, ਅੱਜ ਤਿੰਨ ਗਵਾਹਾਂ ਦੇ ਉੱਤੇ ਗਵਾਹੀ ਦੇ ਉੱਪਰ ਉਹਨਾਂ ਨੇ ਆਰਗੂ ਕੀਤਾ। ਇੱਕ ਤਾਂ ਜਗਸ਼ੇਰ ਸਿੰਘ ਦੀ, ਜਗਸ਼ੇਰ ਸਿੰਘ ਦੇ ਤਿੰਨ ਭਰਾ ਮਾਰੇ ਗਏ, ਨਰਿੰਦਰ ਸਿੰਘ, ਰਘਵਿੰਦਰ ਸਿੰਘ ਤੇ ਕੁਲਦੀਪ ਸਿੰਘ, ਔਰ ਇਹ ਉੱਥੇ ਦੇ ਕਾਫੀ ਪ੍ਰੋਮੀਨੈਂਟ ਸਿਟੀਜ਼ਨ ਸਨ ਉੱਥੇ ਦੇ ਆਪਣੇ ਇਲਾਕੇ ਦੇ। ਔਰ ਇਹਨਾਂ ਨੇ ਜਗਸ਼ੇਰ ਨੇ 1 ਨਵੰਬਰ ਨੂੰ ਰਾਤ ਨੂੰ ਦੇਖਿਆ, ਕਿਉਂ ਜਗਸ਼ੇਰ ਦੇ ਬਾਲ ਕੱਟੇ ਹੋਏ ਸੀ, 1 ਨਵੰਬਰ ਨੂੰ ਰਾਤ ਨੂੰ ਉਹਨੇ ਦੇਖਿਆ ਕਿ ਸੱਜਣ ਕੁਮਾਰ ਉੱਥੇ ਉਹਨਾਂ ਦੀ ਗਲੀ ਵਿੱਚ ਆਇਆ, ਜਿਹਦੇ ਬਾਲ ਕੱਟੇ ਸੀ, ਬਾਹਰ ਚਲਾ ਗਿਆ। ਔਰ ਇਸਨੇ ਜਾ ਕੇ ਦੇਖਿਆ, ਸੱਜਣ ਕੁਮਾਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਸਿੱਖ ਮਾਰੇ, ਔਰ ਇਹਨਾਂ ਨੇ ਕਿਹਾ ਕਿ ਠੇਕੇਦਾਰਾਂ ਦਾ ਕੀ ਕੀਤਾ, ਕਿਉਂਕਿ ਇਹਦੀ ਫੈਮਿਲੀ ਜੋ ਸੀ ਠੇਕੇਦਾਰ ਸਨ। ਉਹਨੇ ਪੁੱਛਿਆ ਕਿ ਠੇਕੇਦਾਰਾਂ ਦਾ ਕੀ ਕੀਤਾ, ਉਹਨਾਂ ਨੂੰ ਲੱਭੋ ਕਿੱਥੇ ਆ। ਉਹਨਾਂ ਨੇ ਕਿਹਾ ਕਿਸੇ ਹਿੰਦੂ ਨੇ ਉਹਨਾਂ ਨੂੰ ਪਨਾਹ ਦਿੱਤੀ ਹੈ, ਕਹਿੰਦਾ ਹਿੰਦੂਆਂ ਦੇ ਘਰਾਂ ਤੇ ਵੀ ਤੁਸੀਂ ਅਟੈਕ ਕਰਨਾ ਸ਼ੁਰੂ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਹੈ। ਠੇਕੇਦਾਰ ਤੋਂ ਮਤਲਬ ਕਿਸੇ ਸਿੱਖ ਤੋਂ ਸੀ? ਠੇਕੇਦਾਰ, ਕਿਉਂਕਿ ਜਗਸ਼ੇਰ ਦੀ ਜਿਹੜੀ ਫੈਮਿਲੀ ਸੀ MES ਦੇ ਕੰਟਰੈਕਟਰ ਸਨ ਜੀ, ਇਸ ਕਰਕੇ ਇਹ ਇਲਾਕੇ ਦੇ ਵਿੱਚ ਇਹਨਾਂ ਨੂੰ ਠੇਕੇਦਾਰਾਂ ਕਿਹਾ ਜਾਂਦਾ ਸੀ ਜੀ। ਤੁਸੀਂ ਅਗਲੇ ਦਿਨ ਦੀ ਗੱਲ ਕਰ ਰਹੇ ਸੀ? ਹਾਂਜੀ, ਅਗਲੇ ਦਿਨ 2 ਨਵੰਬਰ ਨੂੰ ਸਵੇਰੇ, ਐਕਚੁਅਲੀ ਇੱਥੇ ਅਲਾਊਡ ਨਹੀਂ ਹੈ, ਬਾਹਰ ਆਓ। ਅੱਛਾ, ਕੋਈ ਗੱਲ ਨਹੀਂ, ਸਾਨੂੰ ਹੁਣੇ ਹੁਣੇ ਦੱਸਿਆ ਗਿਆ ਕਿ ਕੈਮਰਾ ਇੱਥੇ ਅਲਾਊਡ ਨਹੀਂ ਹੈ, ਤੋ ਅਸੀਂ ਕੋਈ ਗੱਲ ਨਹੀਂ, ਅਸੀਂ ਗੇਟ ਤੋਂ ਬਾਹਰ ਚਲੇ ਆ। ਠੀਕ ਹੈ ਜੀ, ਹਮ ਗੇਟ ਸੇ ਬਾਹਰ ਜਾ ਰਹੇ ਹੈ ਕਿਉਂਕਿ ਸਾਨੂੰ ਇਹ ਦੱਸਿਆ ਗਿਆ ਕਿ ਇੱਥੇ ਕੈਮਰਾ ਅਲਾਊਡ ਨਹੀਂ ਹੈ, ਤੋ ਚਲੋ ਕੋਈ ਗੱਲ ਨਹੀਂ, ਅਗਰ ਇੱਥੇ ਕੈਮਰਾ ਅਲਾਊਡ ਨਹੀਂ ਹੈ ਤਾਂ ਸਾਨੂੰ ਫੁਲਕਾ ਸਾਹਿਬ ਨੇ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਆਪਾਂ ਗੇਟ ਦੇ ਬਾਹਰ ਚਲੀਏ, ਕਿਉਂਕਿ ਇਸ ਵਕਤ ਅਸੀਂ ਇੱਕ ਵਾਰ ਫਿਰ ਮੈਂ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਦੇਖਣ ਵਾਲਿਆਂ ਨੂੰ, ਦਰਸ਼ਕਾਂ ਨੂੰ ਦੱਸਦਾ ਚੱਲਾਂ ਕਿ ਅਸੀਂ ਕਰਕੰਡੂਮਾ ਦੀ ਉਸ ਅਦਾਲਤ ਦੇ ਵਿੱਚ ਖੜੇਗਾ ਜਿੱਥੇ ਹੁਣੇ ਹੁਣੇ ਸੱਜਣ ਕੁਮਾਰ ਦਾ ਅੱਜ ਦੀ ਤਰੀਕ ਸੀ। ਔਰ ਜਿਵੇਂ ਕਿ ਇੱਕ ਦੋਸ਼ੀ ਨੂੰ ਅਸੀਂ ਬੜੀ ਕੋਸ਼ਿਸ਼ ਕੀਤੀ ਕੈਚ ਕਰਨ ਦੀ, ਆਪਨੇ ਦੇਖਿਆ ਕਿ ਉਹ ਕਿਵੇਂ ਭੱਜ ਕੇ ਜੀਪ ਦੇ ਵਿੱਚ ਜਾ ਬੈਠਿਆ ਔਰ ਉਸਨੇ ਆਪਣੀ ਜੀਪ ਭਜਾ ਲਈ, ਪਰ ਫਿਰ ਵੀ ਸਾਡੀ ਕੋਸ਼ਿਸ਼ ਇਹੀ ਰਹੀ। ਹੁਣ ਸਾਡੀ ਗੱਲਬਾਤ ਚੱਲ ਰਹੀ ਸੀ ਸਤਿਕਾਰਯੋਗ ਫੁਲਕਾ ਸਾਹਿਬ ਦੇ ਨਾਲ, ਲੇਕਿਨ ਸਾਨੂੰ ਹੁਣੇ ਹੁਣੇ ਦੱਸਿਆ ਗਿਆ ਕਿ ਫੁਲਕਾ ਸਾਹਿਬ ਨੇ ਕਿਹਾ ਕਿ ਮੈਂ ਅਦਾਲਤ ਦੇ ਬਾਹਰ ਚੱਲ ਕੇ ਤੁਹਾਡੇ ਨਾਲ ਗੱਲਬਾਤ ਕਰਦਾ ਹੈ। ਤਾਂ ਫੁਲਕਾ ਸਾਹਿਬ ਇਸ ਵਕਤ ਸਾਡੇ ਨਾਲ ਨੇ, ਆਪਾਂ 1 ਮਿੰਟ ਬਾਅਦ ਅਦਾਲਤ ਤੋਂ ਬਾਹਰ ਨਿਕਲਾਂਗੇ ਔਰ ਅਦਾਲਤ ਤੋਂ ਬਾਹਰ ਫਿਰ ਫੁਲਕਾ ਸਾਹਿਬ ਜਿੱਥੋਂ ਉਹਨਾਂ ਨੇ ਗੱਲ ਛੱਡੀ ਸੀ ਉੱਥੋਂ ਉਹਨਾਂ ਦੀ ਗੱਲ ਨੂੰ ਆਪਾਂ ਸ਼ੁਰੂ ਕਰਾਂਗੇ। ਫੁਲਕਾ ਸਾਹਿਬ ਦੇ ਨਾਲ ਇਸ ਵਕਤ ਕਰਨੈਲ ਸਿੰਘ ਜੀ ਪੀਰ ਮੁਹੰਮਦ ਔਰ ਉਹਨਾਂ ਤੋਂ ਇਲਾਵਾ ਦਵਿੰਦਰ ਸਿੰਘ ਜੀ ਸੋਢੀ ਸਾਹਿਬ ਜਿਹੜੇ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਨੇ, ਉਹ ਸਾਰੇ ਦੇ ਸਾਰੇ ਇਸ ਵਕਤ ਹਾਜ਼ਰ ਨੇ ਔਰ ਅਦਾਲਤ ਦੇ ਅਸੀਂ ਲਗਭਗ ਹੁਣ ਬਾਹਰ ਪਹੁੰਚਣ ਵਾਲੇ ਹਾਂ ਔਰ ਬਾਹਰ ਪਹੁੰਚ ਕੇ ਅਸੀਂ ਫਿਰ ਇੱਕ ਵਾਰੀ ਫੁਲਕਾ ਸਾਹਿਬ ਦੇ ਨਾਲ ਗੱਲਬਾਤ ਜਾਰੀ ਕਰਾਂਗੇ। ਜਿਹੜੀ ਕਿ ਗੱਲ ਸਾਡੇ ਨਾਲ ਫੁਲਕਾ ਸਾਹਿਬ ਕਰ ਰਹੇ ਸਨ, ਤਾਂ ਸਾਨੂੰ ਇਸ਼ਾਰਾ ਕੀਤਾ ਗਿਆ ਕਿ ਅਸੀਂ ਇਸ ਪਾਸੇ ਵੱਲ ਵਧੀਏ, ਤੋ ਆਪਾਂ ਅਦਾਲਤ ਦੇ ਹੁਣ ਇਸ ਵਕਤ ਬਾਹਰ ਆ ਚੁੱਕੇ ਹਾਂ ਜਿੱਥੇ ਕਿ ਬਾਹਰ ਕੁਝ ਹੋਰ ਸਾਡੇ ਨਾਲ ਕੈਮਰਾਮੈਨ ਵੀ ਖੜੇ ਨੇ। ਜੀ ਫੁਲਕਾ ਸਾਹਿਬ, ਆਪ ਆਪਣੀ ਗੱਲਬਾਤ ਜਾਰੀ ਰੱਖ ਸਕਦੇ ਹੋ ਜੀ, ਜਿਹੜੀ ਗੱਲਬਾਤ ਅਸੀਂ ਕਰ ਰਹੇ ਸੀਗੇ। ਮੈਂ ਕੈਮਰਾਮੈਨ ਨੂੰ ਚਾਹਾਂਗਾ ਕਿ ਉਹ ਇੱਧਰ ਆ ਜਾਣ। ਫੁਲਕਾ ਸਾਹਿਬ, ਉਸ ਤੋਂ ਬਾਅਦ ਦੂਸਰੇ ਦਿਨ ਕੀ ਹੋਇਆ ਜੀ? 2 ਨਵੰਬਰ ਨੂੰ ਸਵੇਰੇ ਜੀ ਇਹ ਜਗਸ਼ੇਰ ਦੇ ਤਿੰਨੇ ਭਰਾਵਾਂ ਨੂੰ ਮੌਬ ਨੇ ਮਾਰ ਦਿੱਤਾ ਉੱਥੇ, ਔਰ ਉਸ ਤੋਂ ਮਗਰੋਂ ਫਿਰ ਜਗਸ਼ੇਰ ਉੱਥੇ ਕੰਟੋਨਮੈਂਟ ਚਲਾ ਗਿਆ, ਔਰ ਕੰਟੋਨਮੈਂਟ ਜਾ ਕੇ ਫਿਰ ਉਸਨੇ ਅੱਗੇ ਦੀ ਸਾਰੀ ਆਪਣਾ ਵਾਕਿਆ ਦੱਸਿਆ ਕਿ ਉਹ ਨਾਲ ਕੀ ਕੁਛ ਹੋਇਆ। ਨਾਲ ਦੀ ਨਾਲ ਜਿਹੜੇ ਦੂਜੇ ਗਵਾਹ ਸੀਗਾ ਉੱਥੇ, ਰਾਮ ਅਵਤਾਰ ਸ਼ਰਮਾ ਦੇ ਘਰੇ ਜਗਸ਼ੇਰ ਨੇ ਪਨਾਹ ਲਈ ਸੀ, ਉਹ ਵੀ ਗਵਾਹ ਦੇ ਤੌਰ ਦੇ ਉੱਤੇ ਆਇਆ ਸੀ। ਉਹ ਦੱਸਿਆ ਗਿਆ ਕਿ ਰਾਮ ਅਵਤਾਰ ਸ਼ਰਮਾ ਜਿਹਨੇ ਇਹਨਾਂ ਨੂੰ ਪਨਾਹ ਦਿੱਤੀ ਸੀ, ਇਹਨਾਂ ਨੇ 4 ਨਵੰਬਰ ਨੂੰ ਪੁਲਿਸ ਨੇ ਉਸੇ ਨੂੰ ਗ੍ਰਿਫਤਾਰ ਕਰ ਲਿਆ, ਤਾਂ 5 ਨਵੰਬਰ ਨੂੰ ਫਿਰ ਜਗਸ਼ੇਰ ਦੂਜੇ ਪਤਾ ਚੱਲਿਆ ਤਾਂ ਜਗਸ਼ੇਰ ਉੱਥੇ ਥਾਣੇ ਗਿਆ, ਪੁਲਿਸ ਚੱਲ ਨੂੰ ਉਹਨੇ ਜਾ ਕੇ ਦੱਸਿਆ ਕਿ ਜਿਸ ਨੇ ਸਿੱਖਾਂ ਨੂੰ ਬਚਾਇਆ ਤੁਸੀਂ ਉਹਨਾਂ ਨੂੰ ਅਰੈਸਟ ਕਰ ਰਹੇ ਹੋ, ਔਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਉਹ ਸ਼ਰਿਆਮ ਖੁੱਲ੍ਹੇ ਘੁੰਮਦੇ ਫਿਰਦੇ ਆ। ਤਾਂ ਫਿਰ ਰਾਮ ਅਵਤਾਰ ਸ਼ਰਮਾ ਨੂੰ ਉਹਨਾਂ ਨੇ ਪੁਲਿਸ ਨੇ ਛੋੜ ਦਿੱਤਾ ਉਸਦੇ ਕਹਿਣ ਦੇ ਉੱਤੇ। ਅੱਜ ਤੀਸਰਾ ਅੱਜ ਗਵਾਹੀ ਜਿਹੜੀ ਹੋਏ ਜਿਹੜੀ ਅੱਜ ਪੜ੍ਹੀ ਗਈ ਉਹ ਬਲਵਿੰਦਰ ਸਿੰਘ ਜੋ ਜਗਸ਼ੇਰ ਸਿੰਘ ਦਾ ਭਰਾ ਸੀ ਉਸਦੀ ਗਵਾਹੀ ਅੱਜ ਉਹਨਾਂ ਨੇ ਪੜ੍ਹ ਕੇ ਸੁਣਾਈ, ਔਰ ਇਹ ਜੋ ਦੱਸਿਆ ਗਿਆ ਕਿ ਜਗਸ਼ੇਰ ਸਿੰਘ ਉੱਥੇ ਮੌਜੂਦ ਸੀ ਉਸ ਟਾਈਮ, ਔਰ ਜਗਸ਼ੇਰ ਸਿੰਘ ਨੇ ਸੱਜਣ ਕੁਮਾਰ ਨੂੰ ਦੇਖਿਆ। ਹੁਣ ਇਸ ਤੋਂ ਬਾਅਦ ਜਗਸ਼ੇਰ ਅਗਲੀ ਤਰੀਕ ਦੇ ਉੱਤੇ ਜਗਸ਼ੇਰ ਸਿੰਘ ਦੀ ਗਵਾਹੀ ਖਤਮ ਕਰਨ ਤੋਂ ਬਾਅਦ ਨਰਪ੍ਰੀਤ ਕੌਰ ਦੀ ਗਵਾਹੀ ਉੱਤੇ ਗੱਲ ਕੀਤੀ ਜਾਏਗੀ। ਅਗਲੀ ਤਰੀਕ ਕਦੋਂ ਪਈ ਹੈ? ਅਗਲੀ ਤਰੀਕ ਪਈ ਹੈ 21 ਤੇ 23, ਤੇ ਅਗਲੀ 21 ਅਪ੍ਰੈਲ ਤੇ 23 ਅਪ੍ਰੈਲ ਨਿਰਪ੍ਰੀਤ ਗਿਆ। 21 ਤੇ 23 ਨੂੰ ਇਹ ਨਰਪ੍ਰੀਤ ਦੀ ਗਵਾਹੀ ਦੇ ਉੱਤੇ ਬਹਿਸ ਹੋਏਗੀ,
और निरप्रीत कौर ने भी सज्जन कुमार नु देखिया और दो जगदीश कौर ने भी सज्जन कुमार नु 2 तरीक नु सवेरे वो मीटिंग ते देखिया उसी मीटिंग ते निरप्रीत कौर ने सज्जन कुमार नु देखिया ओदी गवाही भी उसी ऊपर और उस तो मगरों फिर बहस जी होर गवाहां ते लीगल एस्पेक्ट जे सारियां ते उहनां दे उत्ते बहस करके फिर सीबीआई बहस अपनी कंक्लूड करेगी सीबीआई दी बहस तो बाद पीड़ितों वाले पासों असीं आर्गू करांगे और फिर मुलजम दे वकीलों नूं टाइम मिलेगा कि वह अपनी बहस करन और तकरीबन मई का महीना तो इस बहस के उत्ते लग जाएगा मई के अखीर च जाके कितने जून के विच जाके इहदी जजमेंट आउण की उम्मीद है जून यानी कि इसे साल के जून महीने इसे साल के जून महीने तक तुसी की समझते हो कि जजमेंट जी साडे हक च आएगी साडे फेवर देखो जिन्नियां गवाहियां बड़ियां जबरदस्त होईयां ने और जिस तरह बहस बड़ी जबरदस्त अच्छी तरीके से चल रही है और उस तो पूरी उम्मीद है कि सज्जन कुमार नूं सजा होएगी तो आखिर दे विच आप जी कुछ सिख चैनल के व्यूअर्स नूं दसना चाहो कहना चाहो क्योंकि तुहाडी असीं सीधा प्रसारण कर रहे हैं और तुहाडी आवाज इस वक्त पूरे यूरोप भर दे विच आ रही है नहीं तुसीं जिन्ना साथ दिंदे हो जिनी हौसला अफजाई करते हो वो बड़ी अच्छी गल है बड़ा श्लाघाजोग आ कि बाहर की संगत जिनी भी है हमेशा ही वो बड़ी हौसला अफजाई करती है और हमेशा ही उन्होंने इस इशू मुद्दे उत्ते साथ दिता और इस तरह करके तुसीं साथ नूं बनाए रखो हाँ जी और इहदे नाल साडी सारी टीम का जिहड़े इहनूं फॉलोअप कर रहे हैं करनैल सिंह सोढी साहब हुरी यही भी नाल गवाह जिहड़े जगदीश कौर करके निरप्रीत जगशेर सिंह वर्गे और दूजे होर भी जिहड़े गवाह ने जगदीश कौर उन्हां ने भी हौसले वधे जगदीश कौर क्यों नहीं पहुंचे अज नहीं इतने गवाहों की जरूरत नहीं है खुद ही रोकया कि गवाहों के आने की लड़ नहीं है वो पहले वो 2 दिन आए सन पर उस तो बाद इतने उन्हों की आने की जरूरत नहीं है निरप्रीत तो लोकल है तो करके आ जाती है पर निरप्रीत अगली गवाही हाजिर रहेंगे नहीं निरप्रीत की मर्जी है वो जरूरत नहीं है पर लोड़ नहीं है क्योंकि लोकल अपनी तसली वास्ते आ जाते हैं क्योंकि उन्होंने अपनों लग पता चुके अपना केस आ की केस हो रहा की नहीं हो रहा उसके वास्ते आते हैं फुलका साहब कल की एक खबर से जिस कहा गया कि बीबी जगदीश कौर की बेटी और उसके बेटे ने अदालत में जो समन अदालत वालों गए सन उन्होंने उपर लिख के भेज दिता कि साड़ी माता जी हुण अगों किसी के खिलाफ कोई भी गवाही नहीं देंगे माता जी कहते ऐसा उन्होंने नहीं किया तुहाडा की ख्याल है बारे जो सीबीआई की इन्वेस्टिगेशन आ उतों हों के जिहड़ा दिल्ली पुलिस ने गलत बनाया गलत है वो दिल्ली पुलिस ने सारा गलत बनाया समन के उत्ते कदे भी लिखा नहीं जाता हुंदा समन सिर्फ हुंदा एक तरह का नोटिस कि तुसी आके इतने पेश होवो उदू बाद जो भी स्टेटमेंट हुंदी अलहदा हुंदी समन कोई स्टेटमेंट नहीं हुंदी सीबीआई ने गलत सिग्नेचर सीबीआई ने कहा नहीं दिल्ली पुलिस ने सीबीआई ने नहीं दिल्ली पुलिस सीबीआई ने तो इन्वेस्टिगेशन करके कहा कि दिल्ली पुलिस ने यह झूठे डॉक्यूमेंट बनाए दिल्ली पुलिस से कोई केस नहीं बनता फिर इस दिल्ली पुलिस के उत्ते जो चल रहा दिल्ली पुलिस से केस तो बनता पर यह केस के दिल्ली पुलिस वाले मुलजम नहीं आन वो एक केस खत्म होने तो बाद हुण जिहड़ी साडी सारी कंसंट्रेशन आ सारा ध्यान सज्जन कुमार से उहदे नाल दे मुलजमां उपर आ इस तो बाद जाके फैसला देखा जाएगा कि दिल्ली पुलिस के खिलाफ की कार्रवाई करनी है फुलका साहब जगदीश टाइटर तो एकदम ही लोगों का ध्यान हट गया जी उहदा की कारण है जगदीश टाइटर का केस भी चल रहा दरअसल गल यह आ कि जगदीश टाइटर के केस में जो मुख्य गवाह से सुरेंद्र सिंह उसकी मौत हो गई है उसकी मौत होने केस के मतलब कि यह खत्म तो नहीं होया पर वीक जरूर हो गया मगर फिर भी वो केस चल रहा हूं 30 अप्रैल इसे कोर्ट के विचों केस लग्या होया और वो केस के विच ऑलरेडी असीं लिया के एफीडेविट उतों जो अटर्नी ने अमेरिका के गुरपतवंत सिंह पन्नू उन्होंने एफीडेविट लिया के फाइल किया जिन्होंने कहा कि मैं सीबीआई की टीम को उत्थे दस्या सी कि 2-3 होर गवाह मौजूद ने जिन्हों के बयान रिकॉर्ड किए जाने चाहिए पर इन्होंने बयान रिकॉर्ड नहीं किए भी हुण कोर्ट ऑर्डर करे कि उन्होंने बयान रिकॉर्ड किए जाने मतलब कुछ ना कुछ सानू उम्मीद है कि फैसला हक उम्मीद हैगी है उस दे विच तो वो केस अजे चल रहा केस कोई खत्म नहीं होया बहुत बहुत शुक्रिया सर फुलका साहब थोड़ा धन्यवाद तो साड़ी गलबात चल रही थी फुलका साहब के नाल और इस वक्त साडे नाल सत्कारयोग सोढ़ी साहब भी मौजूद ने सोढ़ी साहब तो इलावा सत्कारयोग पीर मोहम्मद साहब जी मौजूद ने और हो सकता है कि साडे नाल कुछ देर बाद निरप्रीत कौर जी भी मौजूद रहन तो सोढ़ी साहब वाहेगुरू जी का खालसा वाहेगुरू जी की फतह सोढ़ी साहब तुसीं की कहना चाहोगे असीं यह कहना चाहते हैं कि 1984 तो लैके अज तक जिहड़ा सिखां दा कतलेआम होया और यह दिल्ली दियां सड़कां दे उत्ते हजारां सिखां नूं गलां विच टायर पा पा के जिउंदियां तक साड़ दिता गया और एक भी बंदे नूं अज तक सजा ना मिलनी और एक जनरेशन का गैप पै गया कि साडी उस तों बाद नौजवान पीढ़ी दोबारा जम के जवान हो गई है और वो अज तक इस हिंदुस्तान के जो कानून है और इन्हां दियां जिहड़ियां कोटां उन्हां वल वेख रही है कि ये जिहड़े घट गिनतियां नूं कदों इंसाफ दिंदे है
और जदों भी कदे समा आया उदों घट गिनतियां दे उत्ते खास करके सिखां ते गोली चली है, चाहे हिंदू स्थान की गल करिए चाहे किसी पंजाब सरकार की गल चली करिए, हजारां विदेश विदोषी नौजवान मार दिते गए, वो पुलिस अफसर पंजाब दे विच दंद दिवाउंदे फिरदे आ। और पिछले दिनी तुसीं देखो कि राजोआणा की फांसी नूं लैके जदों गल चली कि सिख वो चाहते हैं कि उन्हों रिहा किया जाए, वो जिहड़ी आ सज़ा उन्हों तब्दील किया जाए, तो वो शिव सेना ने उहदा विरोध किया। ਤਾਂ ਇੱਕ ਨੌਜਵਾਨ ਨੂੰ ਫਿਰ ਸਾਡੇ ਪੰਜਾਬ ਦੇ ਵਿੱਚ ਗੁਰਦਾਸਪੁਰ ਵਿੱਚ ਪੁਲਿਸ ਨੇ ਦਿਨ ਦੀਵੀਂ ਢਹਿ ਢੇਰੀ ਕਰ ਦਿੱਤਾ, ਜਿਹਦਾ ਕੋਈ ਨੋਟਿਸ ਨਹੀਂ ਲਿਆ ਜਾਂਦਾ। ਜਦੋਂ ਵੀ ਕਦੇ ਜੇ ਪਿਆਰੇ ਭਣਿਆਰਾਂ ਵਾਲੇ ਦੀ ਗੱਲ ਹੈ ਜਾਂ ਹਿੰਦੁਸਤਾਨ ਦੇ, ਜਦੋਂ ਵੀ ਕਿਤੇ ਪ੍ਰਸ਼ਾਸਨ ਦੀ ਗੱਲ ਆਈ ਹੈ ਉਹਨਾਂ ਦੀਆਂ ਗੋਲੀਆਂ ਹਮੇਸ਼ਾ ਸਿੱਖਾਂ ਵੱਲ ਚੱਲੀਆਂ। ਇਸੇ ਤਰ੍ਹਾਂ ਦਿੱਲੀ ਦਾ ਜਿਹੜਾ ਅੱਜ ਸਾਡੇ ਸਾਹਮਣੇ ਆ ਕਾਨੂੰਨ, ਸਿੱਖਾਂ ਨੂੰ ਕਿਤੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ। 27 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਨੇ ਇੱਕ ਵੀ ਬੰਦੇ ਨੂੰ ਸਜ਼ਾ ਨਾ ਦੇਣੀ, ਇਹ ਹਿੰਦੁਸਤਾਨ ਦੇ ਮੱਥੇ ਦੇ ਉੱਤੇ ਇੱਕ ਕਲੰਕ ਹੈ ਕਿ ਸਾਨੂੰ, ਅਸੀਂ ਸੋਚਦੇ ਹਾਂ ਕਿ ਸਾਨੂੰ ਇਨਸਾਫ਼ ਦੇਣਾ ਨਹੀਂ ਚਾਹੁੰਦੇ, ਔਰ ਅਸੀਂ ਇਹਨਾਂ ਤੋਂ ਵਾਰ ਵਾਰ ਇਨਸਾਫ਼ ਦੀ ਮੰਗ ਕਰ ਰਹੇ ਹਾਂ, ਦੁਹਾਈ ਪਾ ਰਹੇ ਹਾਂ। ਸਾਡੇ ਸਾਹਿਬ, ਇੱਕ ਬੇਗੁਨਾਹ ਦਾ ਰੀਸੈਂਟਲੀ ਹੋਰ ਕਤਲ ਹੋਇਆ, ਜਸਪਾਲ ਸਿੰਘ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਹੋ ਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੀਆਂ ਹਿੰਦੁਸਤਾਨ ਦੀਆਂ ਸ਼ਕਤੀਆਂ ਜਾਂ ਜਿਹੜੀਆਂ ਏਜੰਸੀਆਂ ਉਹ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਾਨੂੰ ਖਤਮ ਕਰਨ ਲੱਗੀਆਂ ਹੋਈਆਂ, ਕਿ ਤੁਸੀਂ ਦੇਖੋ ਮੈਂ ਦੱਸਿਆ ਜਿਵੇਂ ਕਿ ਰਾਜੋਆਣੇ ਦੇ ਮਾਮਲੇ ਦੇ ਵਿੱਚ ਫਾਂਸੀ ਸਿੱਖ ਅਮਨ ਸ਼ਾਂਤੀ ਨਾਲ ਬੰਦ ਦੀ ਕਾਲ ਦਿੱਤੀ ਗਈ ਹੈ ਕਿ ਬੰਦ ਹੋਵੇ। ਸ਼ਿਵ ਸੈਨਾ ਵਾਲਿਆਂ ਨੇ ਆ ਕੇ ਉਸ ਬੰਦ ਦਾ ਵਿਰੋਧ ਕੀਤਾ ਪਟਿਆਲੇ ਦੇ ਵਿੱਚ, ਗੁਰਦਾਸਪੁਰ, ਫਗਵਾੜੇ, ਔਰ ਜਦੋਂ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾ ਰਹੀ ਹੈ ਉਹ, ਔਰ ਉਹਨਾਂ ਨੇ ਉਹਨਾਂ ਦੇ ਉਸ ਦਿਨ ਕਿਉਂ ਨੋਟਿਸ ਨਾ ਲਿਆ ਕਿ ਨੌਜਵਾਨਾਂ ਦੀਆਂ ਪੱਗਾਂ ਤਾਰ ਕੇ ਉਹਨਾਂ ਨੇ ਸਾੜ ਦਿੱਤੀਆਂ। ਉਹ ਗੁਰਦਾਸਪੁਰ ਦਾ SSP ਉਦੋਂ ਵੀ ਸਾਹਮਣੇ ਸਭ ਕੁਝ ਵੇਖ ਰਿਹਾ, ਉਹਨਾਂ 'ਤੇ ਪਰਚਾ ਵੀ ਦਰਜ ਕੀਤਾ ਔਰ ਉਹਨਾਂ 'ਤੇ ਕੋਈ ਕਾਰਵਾਈ ਨਾ ਹੋਈ। ਦੂਜੇ ਦਿਨ ਉਹੀ ਸ਼ਿਵ ਸੈਨਾ ਵਾਲੇ ਜਦੋਂ ਬੰਦ ਕਰਾ ਰਹੇ ਆ ਗੁਰਦਾਸਪੁਰ ਨੂੰ ਕਿ ਅਸੀਂ ਅੱਜ ਬੰਦ ਕਰਾਵਾਂਗੇ, ਔਰ ਰਾਜੋਆਣੇ ਦਾ ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ, ਉਹਨਾਂ ਨੇ ਕਿਹਾ ਕਿ ਅਸੀਂ ਪੁਤਲਾ ਫੂਕਾਂਗੇ, ਔਰ ਉਦੋਂ ਉਹ ਸ਼ਾਂਤਮਈ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਔਰ ਵਾਹਿਗੁਰੂ ਦਾ ਜਾਪ ਕਰ ਰਹੇ ਆ, ਬਿਨਾਂ ਕੋਈ ਉਹਨਾਂ ਨੂੰ ਨੋਟਿਸ ਦਿੱਤਿਆਂ, ਬਿਨਾਂ ਕੋਈ ਵਾਰਨਿੰਗ ਦਿੱਤਿਆਂ, ਉਹਨਾਂ 'ਤੇ ਪਿੱਛੋਂ ਭਜਾ ਕੇ ਉਹਨਾਂ 'ਤੇ ਗੋਲੀਆਂ ਚਲਾ ਕੇ ਜਿਹੜੀ ਪੰਜਾਬ ਦੀ ਪੁਲਿਸ ਨੇ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ, ਔਰ ਉਹਦਾ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਜੀ, ਇਹ ਵਾਰ ਵਾਰ ਜਦੋਂ ਵੀ ਕਿਤੇ ਜੇ ਪਿਆਰੇ ਭਣਿਆਰਾਂ ਵਾਲੇ ਦੀ ਗੱਲ ਆਈ। ਮੇਰਾ ਸਵਾਲ ਇਹ ਹੈ ਕਿ ਤੁਸੀਂ ਕੀ ਸੋਚਦੇ ਹੋ ਯੂਥ ਲੀਡਰ ਹੋਣ ਦੇ ਨਾਤੇ, ਕਿ ਹਰ ਵਾਰੀ ਪੁਲਿਸ ਦੀਆਂ ਜਿਹੜੀਆਂ ਬੰਦੂਕਾਂ ਨੇ ਉਹ ਸਿੱਖਾਂ ਵਾਲੇ ਕਿਉਂ ਹੁੰਦੀਆਂ ਨੇ? ਅਸੀਂ ਇਹ ਸੋਚਦੇ ਹਾਂ ਕਿ ਅਸੀਂ ਘੱਟ ਗਿਣਤੀ ਹਾਂ ਇੱਥੇ, ਵੋਟਾਂ ਦਾ ਰਾਜ ਆ, ਔਰ ਜਿਹੜੇ ਸਰਕਾਰਾਂ ਉਹ ਜਿਹੜੀਆਂ ਸ਼ਕਤੀਆਂ ਜਿਹੜੇ ਦੇਸ਼ ਨੂੰ ਚਲਾ ਰਹੀਆਂ ਉਹ ਹਿੰਦੂਆਂ, ਜਿਹੜੀ ਹਿੰਦੂ ਲੌਬੀ ਹੈ ਉਹ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਖਤਮ ਕਰਵਾ ਕੇ ਔਰ ਇਹਨਾਂ ਨੂੰ ਵੱਧ ਗਿਣਤੀ ਵਾਲਿਆਂ ਨੂੰ ਖੁਸ਼ ਰੱਖ ਕੇ ਆਪਣਾ ਰਾਜ ਚਲਾਉਣਾ ਚਾਹੁੰਦੀਆਂ, ਇਸ ਲਈ ਸਾਨੂੰ ਵਾਰ ਵਾਰ ਜਲੀਲ ਕੀਤਾ ਜਾ ਰਿਹਾ ਔਰ ਸਾਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਦੂਜੇ ਤੀਜੇ ਦਰਜੇ ਦੇ ਸ਼ਹਿਰੀ ਹੋ, ਤੁਸੀਂ ਇਸ ਦੇਸ਼ ਦੇ ਅੰਦਰ ਗੁਲਾਮ ਹੋ, ਤੁਸੀਂ ਵਾਰ ਵਾਰ ਯਾਦ ਕਰਵਾਇਆ ਜਾ ਰਿਹਾ, ਹਾਂ ਸਾਨੂੰ ਯਾਦ ਕਰਾਇਆ ਜਾ ਰਿਹਾ ਕਿ ਅਸੀਂ ਇਸ ਦੇਸ਼ ਦੇ ਅੰਦਰ ਗੁਲਾਮ ਹਾਂ ਔਰ ਸਾਡੀ ਇੱਥੇ ਕੋਈ ਥਾਂ ਨਹੀਂ ਹੈਗੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਸਨ ਸਤਿਕਾਰਯੋਗ ਦਵਿੰਦਰਪਾਲ ਸਿੰਘ ਜੀ ਸੋਢੀ ਸਾਹਿਬ, ਜਨਰਲ ਸਕੱਤਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਔਰ ਸਤਿਕਾਰਯੋਗ ਪੀਰ ਮੁਹੰਮਦ ਜੀ, ਕਰਨੈਲ ਸਿੰਘ ਜੀ, ਪੀਰ ਮੁਹੰਮਦ ਸਾਹਿਬ ਸਾਡੇ ਨਾਲ ਇਸ ਵਕਤ ਮੌਜੂਦ ਨੇ। ਕਰਨੈਲ ਸਿੰਘ ਸਾਹਿਬ, ਹੁਣੇ ਹੁਣੇ ਸੱਜਣ ਕੁਮਾਰ ਦੀ ਜਿਰਾਹ ਦਾ ਜਿਹੜਾ ਅੱਜ ਦਾ ਕਾਰਵਾਈ ਹੈ ਸਮਾਪਤ ਹੋਈ ਹੈ। ਫੁਲਕਾ ਸਾਹਿਬ ਨੇ ਸਾਨੂੰ ਦੱਸਿਆ ਕਿ ਅਗਲੀ ਤਰੀਕ ਪੈ ਗਈ ਹੈ। ਇੱਕ ਭਾਰਤੀ ਫਿਲਮ ਦਾ ਇੱਕ ਬੜਾ ਪੁਰਾਣਾ ਡਾਇਲੌਗ ਚੱਲਿਆ ਆ ਰਿਹਾ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਤਰੀਕ, ਉਹ ਬੜਾ ਮਸ਼ਹੂਰ ਵੀ ਹੋਇਆ, ਤੇ ਕਿਤੇ ਸਾਡੇ ਕੇਸ ਵਿੱਚ ਵੀ ਤਾਂ ਇਸ ਤਰ੍ਹਾਂ ਨਹੀਂ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ? ਦੇਖੋ ਡਾਕਟਰ ਸਾਹਿਬ, ਇਹ ਬੜੀ ਵੱਡੀ ਦੁਖਦਾਈ ਘਟਨਾ ਹੈ ਜਿਹੜੀ ਨਵੰਬਰ 1984 ਦੇ ਪਹਿਲੇ ਹਫ਼ਤੇ ਵਾਪਰੀ, ਔਰ ਉਸ ਤੋਂ ਪਹਿਲਾਂ ਵੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਜੋ ਜ਼ੁਲਮ ਤਸ਼ੱਦਦ ਔਰ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਸ ਨੇ ਸਾਨੂੰ ਪੂਰੀ ਤਰ੍ਹਾਂ ਬੇਗਾਨਗੀ ਦਾ ਜੋ ਅਹਿਸਾਸ ਦਵਾ ਦਿੱਤਾ। ਇਸੇ ਕਾਰਨ ਦੇ ਇੱਕ ਲੜੀ ਦੇ ਵਜੋਂ ਜਿਹੜਾ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਮਸਲਾ ਹੈ, ਜਿਸ ਦੇ ਉੱਪਰ ਲਗਾਤਾਰ ਤਰੀਕਾਂ ਪੈ ਰਹੀਆਂ ਨੇ, ਲੇਕਿਨ ਇਨਸਾਫ਼ ਨਹੀਂ ਮਿਲ ਰਿਹਾ। ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਰਪ੍ਰਸਤੀ ਸਿੱਧੇ ਰੂਪ ਵਿੱਚ ਉਸ ਪਾਰਟੀ ਦੀ ਹੈ, ਕਾਂਗਰਸ ਪਾਰਟੀ ਦੀ, ਜਿਹਨੇ 6 ਜੂਨ 1984 ਨੂੰ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਜਿਹਨੇ ਸਾਡਾ 1 ਲੱਖ ਤੋਂ ਵੱਧ ਸਿੱਖ ਨੌਜਵਾਨ ਜਿਹੜਾ ਨਸਲਕੁਸ਼ੀ ਦੇ ਵਿੱਚ ਸ਼ਹੀਦ ਕਰ ਦਿੱਤਾ, ਔਰ ਉਸੇ ਪਾਰਟੀ ਦੇ ਜਗਦੀਸ਼ ਟਾਈਟਲਰ, ਕਮਲਨਾਥ, ਸੱਜਣ ਕੁਮਾਰ, HKL ਭਗਤ, ਧਰਮਦਾਸ ਸ਼ਾਸਤਰੀ, ਇਹ ਸਾਰੇ ਲੋਕ ਨੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਦੇਸ਼ ਦੀ ਨਿਆਂਪਾਲਿਕਾ ਸਾਨੂੰ ਨਿਆਂ ਦੇਵੇ ਜਾਂ ਨਾ ਦੇਵੇ, ਲੇਕਿਨ ਜਿਹੜੇ ਅਕਾਲ ਪੁਰਖ ਪਰਮਾਤਮਾ ਉਹ ਇੰਨਾ ਬੇਅੰਤ ਹੈ ਕਿ ਇਹਨਾਂ ਲੋਕਾਂ ਦੇ ਤੁਸੀਂ ਘਰ ਜਾ ਕੇ ਇੰਟਰਵਿਊ ਕਰੋ, ਇਹਨਾਂ ਦੇ ਹਾਲਾਤ ਦੇਖੋ। ਜਿਹੜਾ ਧਰਮਦਾਸ ਸ਼ਾਸਤਰੀ ਸੀ ਪਾਗਲ ਹੋ ਕੇ ਮਰਿਆ, ਔਰ ਜਿਹਨਾਂ ਦੇ ਤੁਸੀਂ ਨਾਂ ਲਏ ਅੱਧੇ ਤਾਂ ਮਰ ਚੁੱਕੇ ਨੇ। HKL ਭਗਤ ਔਰ ਗੰਦਗੀ ਖਾਂਦਾ ਸੀ ਔਰ ਆਪਣੇ ਮੂੰਹ ਦੇ ਆਪ ਚਪੇੜਾ ਮਾਰਦਾ ਸੀ, ਇਸ ਹਾਲਤ ਇੰਨੀ ਮੰਦੀ ਹਾਲਤ ਸੀ। ਔਰ ਜਿਹੜਾ ਜਗਦੀਸ਼ ਟਾਈਟਲਰ ਹੈ,
ਅੱਜ ਅੱਖਾਂ 'ਚ ਘਸੁੰਨ ਦੇ ਕੇ ਰੋਂਦਾ ਔਰ ਸੱਜਣ ਕੁਮਾਰ ਦੇ ਜਿਹੜੇ ਹਾਲਾਤ ਨੇ ਅੱਜ ਜੇਕਰ ਤੁਸੀਂ ਥੋੜ੍ਹਾ ਟਾਈਮ ਪਹਿਲਾਂ ਆ ਜਾਂਦੇ ਟ੍ਰੈਫਿਕ ਦੇ ਵਿੱਚ ਫਸ ਗਏ ਸੀ ਤੁਸੀਂ ਜੇਕਰ ਪਹਿਲਾਂ ਆ ਜਾਂਦੇ ਤਾਂ ਤੁਹਾਨੂੰ ਉਹਦੇ ਹਾਲਾਤ ਦਿਖਾਉਂਦੇ ਸੋ ਅਕਾਲ ਪੁਰਖ ਬੜੇ ਬੇਅੰਤ ਨੇ ਪ੍ਰਮਾਤਮਾ ਉਹਨਾਂ ਦੀ ਕਚਹਿਰੀ ਦੇ ਵਿੱਚ ਜਿੰਨੇ ਵੀ ਦੋਸ਼ੀ ਨੇ ਭਾਰਤੀ ਨਿਆਂਪਾਲਿਕਾ ਸਾਨੂੰ ਨਿਆਂ ਦੇਵੇ ਨਾ ਦੇਵੇ ਇਹ ਜਿੰਨੇ ਵੀ ਦੁਸ਼ਟ ਨੇ ਇਹਨਾਂ ਨੂੰ ਭਿਆਨਕ ਸਜ਼ਾਵਾਂ ਮਿਲਣਗੀਆਂ ਔਰ ਇਹ ਨਰਕ ਦੇ ਅਧਿਕਾਰੀ ਨੇ ਇਹਨਾਂ ਨੂੰ ਇਹ ਸਜ਼ਾਵਾਂ ਮਿਲਣਗੀਆਂ ਲੇਕਿਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖਸ ਫਾਰ ਜਸਟਿਸ ਤੇ ਜਿੰਨੀਆਂ ਵੀ ਸਾਡੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਜਿਹੜਾ ਅਸੀਂ ਇੱਕ ਜੁਟਤਾ ਦੇ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ 5 ਨਵੰਬਰ 2007 ਤੋਂ ਲੈ ਕੇ ਡੇ ਟੂ ਡੇ ਜਿਹੜੀ ਮੋਨੀਟਰਿੰਗ ਕਰ ਰਹੇ ਹਾਂ ਇਸ ਕੇਸ ਦੀ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਆਹ ਭਾਰਤੀ ਨਿਆਂਪਾਲਿਕਾ ਇਹ ਭਾਈ ਜਿੰਦਾ ਭਾਈ ਸੁੱਖਾ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਹਾਂਜੀ ਹੁਣ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਹੈ ਜਾਂ ਆਪਣੇ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਹੈ ਇਹ ਜਿੰਨੇ ਇਹ ਸਾਡੇ ਨੌਜਵਾਨਾਂ ਨੂੰ ਤਾਂ ਸ਼ਹੀਦ ਕਰਨ ਵਾਸਤੇ ਤਤਪਰ ਰਹਿੰਦੀ ਹੈ ਲੇਕਿਨ ਜਿਹੜੇ ਵਿਗਿਆਨਕੀ ਦੇ ਹੈਗੇ ਨੇ ਉਹਨਾਂ ਵਾਸਤੇ ਕੋਈ ਕਸਰ ਨਹੀਂ ਇਹ ਛੱਡਦੇ ਸੋ ਆਪਣੇ ਹਾਲਾਤ ਜਿਹੜੇ ਆ ਇਹਨਾਂ ਨੂੰ ਬਦਲਣ ਵਾਸਤੇ ਅਸੀਂ ਲਗਾਤਾਰ ਆਪਣਾ ਜਿਹੜਾ ਸੰਘਰਸ਼ ਹੈ ਉਹਨੂੰ ਨਹੀਂ ਛੱਡਾਂਗੇ ਔਰ ਉਹਦੇ ਜਿੰਨੇ ਵੀ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਵਾਸਤੇ ਇਹ ਜਿਹੜਾ ਸੱਜਣ ਕੁਮਾਰ ਦਾ ਕੇਸ ਹੈ ਇਹ ਇਹਦੇ ਵਿੱਚ ਗਵਾਹੀਆਂ ਹੋ ਚੁੱਕੀਆਂ ਨੇ ਔਰ ਬੀਬੀ ਜਗਦੀਸ਼ ਕੌਰ ਨੇ ਜਿਹਦੇ 3 ਭਰਾ ਔਰ ਜਿਹਦਾ ਪਤੀ ਔਰ ਜਿਹਦਾ ਬੇਟਾ ਸ਼ਹੀਦ ਕੀਤੇ ਗਏ ਔਰ ਉਹਨੇ ਜਿੰਨੀ ਜ਼ਬਰਦਸਤ ਗਵਾਹੀ ਦਿੱਤੀ ਹੈ ਉਹ ਗਵਾਹੀਆਂ ਜਿਹੜੀਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਮਿਸਾਲ ਕਾਇਮ ਹੋਣਗੀਆਂ ਔਰ ਇਹਨਾਂ ਨੂੰ ਸਜ਼ਾਵਾਂ ਲਾਜ਼ਮੀ ਮਿਲਣਗੀਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 21 ਅਪ੍ਰੈਲ ਨੂੰ ਫੇਰ ਦੁਬਾਰਾ ਇਸੇ ਕਚਹਿਰੀ ਦੇ ਵਿੱਚ ਅਸੀਂ ਆਵਾਂਗੇ ਔਰ ਫਿਰ ਅਗਲੀ ਜਨ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਮ ਸਿੰਘ ਜੀ ਇੱਕ ਵਾਰੀ ਫਿਰ ਆਪਾਂ ਸਤਿਕਾਰਯੋਗ ਫੁਲਕਾ ਜੀ ਵੱਲ ਔਰ ਸਤਿਕਾਰਯੋਗ ਬੀਬੀ ਨਿਰਪ੍ਰੀਤ ਕੌਰ ਜੀ ਵੀ ਸਾਡੇ ਨਾਲ ਨੇ ਫੁਲਕਾ ਸਾਹਿਬ ਮੈਂ ਇੱਕੋ ਹੀ ਕੁਐਸਚਨ ਕਰਨਾ ਚਾਹੁੰਦਾ ਕਿ ਆਪ ਜੀ ਵਕੀਲ ਹੋ ਇਸ ਪੱਖ ਤੋਂ 84 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਇਸ ਸਿਆਸੀ ਮਾਮਲੇ ਦੀ ਮੈਂ ਗੱਲ ਕਰ ਰਿਹਾ ਕ੍ਰਿਮੀਨਲ ਦੀ ਸਿੱਖਾਂ ਨੂੰ ਤਾਂ ਬਹੁਤ ਫਾਂਸੀਆਂ ਹੋਈਆਂ ਪਰ ਕਿਸੇ ਵੀ ਇੱਕ ਨੌਨ ਸਿੱਖ ਨੂੰ ਗੈਰ ਸਿੱਖ ਨੂੰ ਗੈਰ ਸਿੱਖ ਤੋਂ ਮੇਰਾ ਭਾਵ ਹੈ ਕਿਸੇ ਵੀ ਗੈਰ ਸਿੱਖ ਨੂੰ ਉਸ ਤੋਂ ਬਾਅਦ ਕੋਈ ਫਾਂਸੀ ਨਹੀਂ ਹੋਈ ਸਿਰਫ ਸਿੱਖਾਂ ਨੂੰ ਹੀ ਫਾਂਸੀ ਹੋਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਦੇਖੋ 84 ਦੇ ਆਪਣੇ ਸਿੱਖਾਂ ਦੇ 84 ਦੇ ਕੇਸਾਂ ਵਿੱਚ ਤਾਂ ਕਿਸੇ ਨੂੰ ਨਹੀਂ ਨੌਨ ਸਿੱਖ ਨੂੰ ਹੋਈ ਬਾਕੀਆਂ ਨੂੰ ਹੋਰਾਂ ਤਾਂ ਹੋਈ ਹੈ ਕ੍ਰਿਮੀਨਲ ਕੇਸਿਸ ਨਹੀਂ ਫਾਂਸੀ ਤਾਂ ਕ੍ਰਿਮੀਨਲ ਕੇਸ 'ਚ ਹੀ ਹੁੰਦੀ ਆ ਨਹੀਂ ਨਹੀਂ ਮਤਲਬ ਜਿਸ ਤਰ੍ਹਾਂ ਅਫਸਲ ਗੁਰੂ ਹੈ ਜਿਹਨੂੰ ਥੋੜ੍ਹੀ ਜਿਹੀ ਆਪਾਂ ਸਿਆਸਤ ਦੇ ਨਾਲ ਜੋੜ ਸਕਦੇ ਹਾਂ ਜਾਂ ਜਿਸ ਤਰ੍ਹਾਂ ਇਹਨਾਂ ਦਾ ਹਿੰਦੂਆਂ ਦਾ ਹੀ ਸੀ ਜਿਹੜਾ ਸਰੇਆਮ ਕਹਿੰਦਾ ਸੀ ਮੈਂ 106 ਸਿੱਖ ਮਾਰੇ ਆ ਔਰ ਉਹਨੂੰ ਉਹਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਨਹੀਂ ਸ਼ਾਇਦ ਨਿਖਿਲ ਕੁਮਾਰ ਨਹੀਂ ਉਹ ਸ਼ਰਿਆਮ ਨਹੀਂ ਸੀ ਕਹਿ ਰਿਹਾ ਕਿ ਮੈਂ 106 ਸਿੱਖ ਮਾਰੇ ਆ ਕਿਸ਼ੋਰੀ ਲਾਲ ਦੀ ਤੁਸੀਂ ਗੱਲ ਕਿਸ਼ੋਰੀ ਕਿਸ਼ੋਰੀ ਲਾਲ ਦੀ ਉਹਨੇ ਨਹੀਂ ਕਿਹਾ ਕਿ ਮੈਂ 106 ਸਿੱਖ ਮਾਰੇ ਆ ਗੱਲ ਗਲਤ ਆ ਪਰ ਕੋਰਟ ਨੇ ਕਿਹਾ ਕੋਰਟ ਨੇ ਉਹਨੂੰ 7 ਕੇਸਾਂ ਦੇ ਵਿੱਚ ਫਾਂਸੀ ਸਜ਼ਾ ਦਿੱਤੀ ਸੀ ਔਰ ਉਹਨੂੰ ਕਨਵਰਟ ਕਰਕੇ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਉਹ ਹੈ ਮਗਰ ਕਿ ਜੇਕਰ ਤੁਸੀਂ ਕਹੋ 1984 ਤੋਂ ਹੁਣ ਤੱਕ ਕਦੇ ਕਿਸੇ ਨੌਨ ਸਿੱਖ ਨੂੰ ਜਾਂ ਕਿਸੇ ਹਿੰਦੂ ਨੂੰ ਫਾਂਸੀ ਨਹੀਂ ਉਹ ਗੱਲ ਗਲਤ ਆ ਹੋਈਆਂ ਨੇ ਬਥੇਰਿਆਂ ਨੂੰ ਹੋਈਆਂ ਨੇ ਸਿੱਖਾਂ ਨੂੰ ਵੀ ਹੋਈਆਂ ਹਿੰਦੂਆਂ ਨੂੰ ਵੀ ਬੜਿਆਂ ਨੂੰ ਹੋਈਆਂ ਪਰ 1984 ਦੇ ਕੇਸ ਵਿੱਚ ਕਿਸੇ ਨੂੰ ਨਹੀਂ ਹੋਈ ਇਸ ਕੇਸ ਵਿੱਚ ਕਿਸੇ ਨੂੰ ਨਹੀਂ ਹੋਈ ਹਾਂ ਔਰ ਇਹ ਔਰ ਦੂਸਰੀ ਗੱਲ ਵੀ ਇਹ ਇਸ ਕਰਕੇ ਨਹੀਂ ਹੋਈ ਕਿਉਂਕਿ ਸਰਕਾਰ ਤਾਂ ਕੇਸ ਰਜਿਸਟਰ ਕਰਨ ਨੂੰ ਤਿਆਰ ਨਹੀਂ ਸੀ ਉਹ ਤਾਂ ਕੇਸ ਰਜਿਸਟਰ ਇੰਨੇ ਮੁਸ਼ਕਿਲ ਨਾਲ ਹੋਇਆ ਰਜਿਸਟਰੀ ਆ ਕੇ ਹੁਣ ਹੋਇਆ ਤੇ ਫਾਂਸੀ ਸਜ਼ਾ ਇਹਨਾਂ ਨੇ ਕੀ ਦੇਣੀ ਹੈ ਉਹ ਤੋਂ ਬਾਅਦ ਇਨਵੈਸਟੀਗੇਸ਼ਨ ਹੋ ਰਹਾ ਜੋ ਸੀਬੀਆਈ ਨੇ ਹੁਣ ਕੱਢ ਕੱਢ ਕੇ ਬਾਹਰ ਲਿਆਂਦਾ ਕਿ ਦਿੱਲੀ ਪੁਲਿਸ ਤਾਂ ਖੁਦ ਮੁਲਜ਼ਮਾਂ ਨੂੰ ਬਚਾਉਣ ਦੇ ਤੇ ਲੱਗੀ ਹੋਈ ਹੈ ਤੇ ਇਹਨਾਂ ਨੇ ਕੀ ਸਜ਼ਾ ਦਵਾਉਣੀ ਹੈ ਇੱਕ ਰੀਸੈਂਟਲੀ ਇੱਕ ਸੀਬੀਆਈ ਨੇ ਮੇਰੇ ਖਿਆਲ ਦਾਇਰ ਕੀਤੀ ਹੈ ਫਾਈਲ ਕਿ ਦਿੱਲੀ ਪੁਲਿਸ ਵੀ ਮਦਦਗਾਰ ਸੀ ਸੱਜਣ ਕੁਮਾਰ ਬਿਲਕੁਲ ਇਸ ਇਹ ਕੇਸ ਇੱਕ ਐਸਾ ਕੇਸ ਹੈ ਜੋ ਕਿ ਬੜਾ ਹਿਸਟੋਰਿਕ ਕੇਸ ਹੈ ਸ਼ਾਇਦ ਪਹਿਲੀ ਵਾਰੀ ਇਹ ਸੀਬੀਆਈ ਨੇ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਕਿਸੇ ਵੀ ਲੋਕਲ ਪੁਲਿਸ ਨੇ ਇੱਥੇ ਜੋ ਦਿੱਲੀ ਪੁਲਿਸ ਆ ਕਿਸੇ ਲੋਕਲ ਪੁਲਿਸ ਨੇ ਇਸ ਤਰ੍ਹਾਂ ਸ਼ਰੇਆਮ ਮੁਲਜ਼ਮਾਂ ਦੀ ਮਦਦ ਕੀਤੀ ਹੋਵੇ ਔਰ ਮੁਲਜ਼ਮਾਂ ਨੂੰ ਬਚਾਉਣ ਦੇ ਵਾਸਤੇ ਆਪਣੇ ਝੂਠੇ ਡਾਕੂਮੈਂਟ ਬਣਾਏ ਹੋਣ ਔਰ ਫਾਈਲਾਂ 'ਚੋਂ ਡਾਕੂਮੈਂਟ ਗਾਇਬ ਕੀਤੇ ਹੋਣ ਇਹ ਪਹਿਲੀ ਵਾਰੀ ਇਹ ਚੀਜ਼ ਇਸ ਤਰ੍ਹਾਂ ਉੱਭਰ ਕੇ ਆ ਰਹੀ ਹੈ ਆਖਰੀ ਸਵਾਲ ਮੈਂ ਪੁੱਛਣਾ ਚਾਹਾਂਗਾ ਪੰਜਾਬ ਦੀ ਗੱਲ ਤੁਸੀਂ ਕੀ ਸੋਚਦੇ ਹੋ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਿਹੜੀ ਪੰਜਾਬ ਪੁਲਿਸ ਹੈ ਜਾਂ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਉਹਨਾਂ ਦੀਆਂ ਜਿਹੜੀਆਂ ਬੰਦੂਕਾਂ ਦੀਆਂ ਜਿਹੜੀਆਂ ਨਾਲੀਆਂ ਨੇ ਉਹ ਸਿੱਖਾਂ ਦੇ ਵਾਲੀ ਹੁੰਦੀਆਂ ਨੇ ਹੋਰ ਕਿਸੇ ਵਾਲੀ ਨਹੀਂ ਜਦੋਂ ਕਿ ਬਾਕੀ ਦੇ ਹੁੱਲੜਬਾਜ਼ ਵੀ ਉਸ ਵਕਤ ਮੌਜੂਦ ਸਨ ਰੀਸੈਂਟਲੀ ਵੀ ਇੱਕ ਘਟਨਾ ਵਾਪਰੀ ਹੈ ਜਾਂ ਫਿਰ 5 ਦਸੰਬਰ ਨੂੰ ਲੁਧਿਆਣਾ 'ਚ ਘਟਨਾ ਵਾਪਰੀ ਹੈ ਇਹਦੇ ਬਾਰੇ ਤੁਸੀਂ ਇੱਕ ਵਕੀਲ ਹੋਣ ਦੇ ਨਾਤੇ ਕੀ ਸੋਚਦੇ ਜਿਹੜਾ ਇਹ ਕੇਸ ਆ ਡਿਸਪੀਰੈਂਸਿਸ ਵਾਲੇ ਜਿਹੜੇ ਕਿ ਹਿਊਮਨ ਰਾਈਟ ਕਮਿਸ਼ਨ ਨੇ ਹੁਣੇ ਉਹ ਜਿਹੜਾ ਕੇਸ ਖਤਮ ਕੀਤਾ 2098 ਬੋਡੀ ਸੀਬੀਆਈ ਦੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਸੀਗੀ ਉਹ ਕੱਲ ਹੀ ਮੇਰੇ ਜਿਹੜਾ ਸੁਪਰੀਮ ਕੋਰਟ ਦਾ ਟਾਪ ਦਾ ਇਸ ਟਾਈਮ ਹਿਊਮਨ ਰਾਈਟ ਐਕਟਿਵਿਸਟ ਆ ਕੋਲਿਨ ਗੁਨਸਾਲਵਿਸ ਕੱਲ ਹੀ ਉਹ ਨਾਲ ਮੇਰੀ ਗੱਲ ਹੋ ਰਹੀ ਸੀ ਕਿ ਇਹਦੇ ਉੱਤੇ ਅਸੀਂ ਜ਼ਰੂਰ ਕੋਈ ਨਾ ਕੋਈ ਇਹਦੇ ਉੱਤੇ ਅੱਗੇ ਫਰਦਰ ਪ੍ਰਤ ਕਰੀਏ ਮੋਸਟ ਪ੍ਰੋਬਲੀ ਅਸੀਂ ਇੱਕ ਸੈਮੀਨਾਰ ਕਰ ਰਹੇ ਹਾਂ ਕੋਲਿਨ ਹੀ ਅੱਗੇ ਲੀਡ ਕਰਕੇ ਕਰ ਰਿਹਾ ਕਿਉਂਕਿ ਖਾਲਸਾ ਸੈਂਟਰ ਫਾਰ ਹਿਊਮਨ ਰਾਈਟ ਡਿਫੈਂਡਰਸ ਉਹ ਕੋਲਿਨ ਨੇ ਸੌਰੀ ਖਾਲੜਾ ਸੈਂਟਰ ਫਾਰ ਹਿਊਮਨ ਰਾਈਟ ਡਿਫੈਂਡਰ ਸ਼ੁਰੂ ਕੀਤਾ ਔਰ ਜਸਵੰਤ ਸਿੰਘ ਖਾਲੜਾ ਦਾ ਹੀ ਇਹ ਸਾਰੀ ਇਨਵੈਸਟੀਗੇਸ਼ਨ ਸਨ ਉਹਦੇ ਬੇਸ ਤੇ ਇੱਕ ਹੁਣ ਜੋ
ਉਹ ਕੱਲ੍ਹ ਕਾਲਰ ਨਾਲ ਅਤੇ ਨਵਕਿਰਨ ਨਾਲ ਗੱਲ ਹੋਈ ਹੈ ਕਿ ਉਹ ਇੱਕ ਇੱਥੇ ਸੈਮੀਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਇਹ ਬਲਕਿ ਛੋਟੀ ਛੋਟੀ ਕੰਪਨਸੇਸ਼ਨ ਪੌਣੇ ਦੋ ਦੋ ਲੱਖ ਇੱਕ ਲੱਖ 75,000 ਦਾ ਦਿੱਤੀ ਹੈ ਤਾਂ ਕੁਛ ਵੀ ਨਹੀਂ ਔਰ ਪੁਲਿਸ ਦੀ ਅਕਾਊਂਟੇਬਿਲਟੀ ਦਾ ਕੀ ਹੋਇਆ ਜਿਨ੍ਹਾਂ ਨੇ ਪੁਲਿਸ ਵਾਲੇ ਮਾਰਿਆ ਉਹਦਾ ਕੀ ਹੋਇਆ ਕਿ ਉਹ ਇੱਕ ਬੜਾ ਵੱਡੇ ਲੈਵਲ ਦੇ ਉੱਤੇ ਇਹ ਪਲਾਨ ਹੋ ਰਹੀ ਆ ਉਹ ਉਸ ਲੈਵਲ ਦੇ ਉੱਤੇ ਕਰਨ ਦੀ ਕੋਸ਼ਿਸ਼ ਅਸੀਂ ਤੁਸੀਂ ਕੀ ਸੋਚਦੇ ਹੋ ਇਸ ਸੈਮੀਨਾਰ ਦੇ ਕੁਛ ਸਿੱਟੇ ਨਿਕਲਣਗੇ ਉਮੀਦ ਤਾਂ ਪੂਰੀ ਆ ਦੇਖੋ ਗੱਲ ਇਹ ਆ ਤੁਸੀਂ ਸਿੱਟੇ ਨਿਕਲਣਗੇ ਜਾਂ ਨਹੀਂ ਨਿਕਲਣਗੇ ਉਸ ਲੜਾਈ ਲੜਨ ਤੋਂ ਕੀ ਹੋਊਗਾ ਉਹ ਸੋਚ ਕੇ ਨਹੀਂ ਲੜਾਈ ਲੜੀਆਂ ਜਾਂਦੀਆਂ ਜਦੋਂ ਸਾਡੇ 2098 CBI ਦੇ ਖੁਦ ਕਹਿਣ ਦੇ ਮੁਤਾਬਕ ਚੁੱਕ ਚੁੱਕ ਕੇ ਮਾਰ ਦਿੱਤੇ ਹੁਣ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਦੇ ਵਾਸਤੇ ਹੋਊਗੀ ਕਿ ਨਹੀਂ ਹੋਊਗੀ ਫਿਰ ਤਾਂ ਆਪਾਂ ਘਰ ਹੀ ਬੈਠੇ ਰਹਾਂਗੇ ਬਿਲਕੁਲ ਆਪਣਾ ਕਰਮ ਨਿਭਾਉਣਾ ਫਿਰ ਤਾਂ ਆਪਾਂ ਆਪਾਂ ਤਾਂ ਮੰਗਾਂਗੇ ਨਾ ਹੁਣ ਇਹ ਗੱਲ ਜੇ ਤੁਸੀਂ ਕਹੋ ਜੀ ਸੱਜਣ ਕੁਮਾਰ ਦੇ ਖਿਲਾਫ ਜੀ 25 ਸਾਲ ਤੱਕ ਕੇਸ ਨਹੀਂ ਚੱਲਿਆ ਜੀ 25 ਸਾਲ ਤੋਂ ਬਾਅਦ ਕੇਸ ਚੱਲਿਆ ਫਿਰ ਤਾਂ ਆਪਾਂ ਘਰ ਹੀ ਬੈਠੇ ਰਹਿੰਦੇ 25 ਸਾਲ ਰੌਲਾ ਪਾਈ ਗਏ ਕਹੀ ਗਏ 25 ਸਾਲ ਬਾਅਦ ਤਾਂ ਚੱਲਿਆ ਅੱਜ ਰੋਜ਼ ਇੱਥੇ ਕਚਹਿਰੀ ਆਇਆ ਹੁੰਦਾ ਰੋਜ਼ ਇੱਥੇ ਦੁਪਹਿਰੇ ਇੱਥੇ ਪਹੁੰਚਿਆ ਹੁੰਦਾ ਤੁਸੀਂ ਖੁਦ ਦੇਖਿਆ ਹਾਜ਼ਰ ਹੁੰਦਾ ਕਚਹਿਰੇ ਵਿੱਚ ਇੱਥੇ ਖੜਾ ਹੁੰਦਾ ਇਹੀ ਉਹ ਹਾਲ ਜਦੋਂ ਭਗਤ ਦਾ ਵੀ ਪਹਿਲਾਂ ਹੋਇਆ ਸੀ ਪਰ ਭਗਤ ਪਾਗਲ ਹੋ ਗਿਆ ਸੀ ਇਸੇ ਕੋਰਟ ਦੇ ਵਿੱਚ ਇੱਥੇ ਇਹ ਹਾਲ ਕਰਕੇ ਮਤਲਬ ਇਹਦਾ ਆਪਣਾ ਇੰਪੈਕਟ ਆ ਇਹ ਇੱਥੇ ਮੀਡੀਆ ਵਾਲਿਆਂ ਨੇ ਕਈਆਂ ਨੇ ਕਿਹਾ ਵੀ ਆ ਕਿ ਸਜ਼ਾ ਤੇ ਦੀ ਸ਼ੁਰੂ ਹੋ ਚੁੱਕੀ ਆ ਸਜ਼ਾ ਜਿਹੜੇ ਆਪਣੇ ਆਪ ਨੂੰ ਖੁਦਾ ਸਮਝਦੇ ਸੀ ਆਪਣੇ ਆਪ ਨੂੰ ਸਮਝਦੇ ਸੀ ਸਾਨੂੰ ਕੋਈ ਹੱਥ ਲਾਉਣ ਵਾਲਾ ਨਹੀਂ ਸਾਨੂੰ ਕੋਈ ਟੱਚ ਨਹੀਂ ਕਰ ਸਕਦਾ ਇਹ ਜੱਜਾਂ ਨੂੰ ਮਜ਼ਾਕ ਸਮਝਦੇ ਸੀ ਕਹਿੰਦੇ ਇਹਨਾਂ ਨੂੰ ਤਾਂ ਅਸੀਂ ਪੌਂਡ ਕਰਾਉਂਦੇ ਹਾਂ ਇਹ ਜੱਜ ਕੀ ਚੀਜ਼ ਨੇ ਉਹਨਾਂ ਦੇ ਅੱਗੇ ਆ ਕੇ ਉਹਨਾਂ ਨੂੰ ਮਾਈ ਬਾਪ ਕਹਿਣਾ ਦੋ 2-2.5 ਘੰਟੇ ਰੋਜ਼ ਖੜੇ ਹੋਣਾ ਮਤਲਬ ਸਜ਼ਾ ਤੇ ਸ਼ੁਰੂ ਹੋ ਚੁੱਕੀ ਆ ਇਹ ਦੂਜੀ ਗੱਲ ਆ ਹੁਣ ਅਗਲੀ ਸਜ਼ਾ ਜੇਲ੍ਹ ਦੇ ਵਿੱਚ ਭੇਜਣ ਵਾਲੀ ਜਿਹੜੀ ਅੱਗੇ ਬਾਕੀ ਰਹਿ ਗਈ ਉਹ ਵੀ ਜਲਦੀ ਹੋ ਜਾਏਗੀ ਬਹੁਤ ਅੱਛਾ ਲੱਗਾ ਫੁਲਕਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਬੀਬੀ ਨਿਰਪਿਤ ਕੌਰ ਜੀ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਅੱਛਾ ਬੀਬੀ ਨਿਰਪਿਤ ਕੌਰ ਕੁਝ ਕਹਿੰਦੇ ਕਿ ਇਸ ਵਕਤ ਤੋਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਅਸੀਂ ਬੇਨਤੀ ਕਰ ਸਕਦੇ ਸੀਗੇ ਹਾਂਜੀ ਵਿਕਰਮ ਸਿੰਘ ਉਹਨਾਂ ਦੇ ਬਾਰੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਜਨਰਲ ਜੇ ਸਿੰਘ ਆਰਮੀ ਦੇ ਚੀਫ ਬਣੇ ਤੋ ਸਿੱਖਾਂ ਨੇ ਬੜੀ ਮਨੋਪਲੀ ਕਰਕੇ ਉਹਨਾਂ ਨੂੰ ਬਣਾਇਆ ਔਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਵੱਡੀ ਸਟੋਰੀ ਲੱਗੀ ਹੈ ਅਸੀਂ ਉਸ ਨੂੰ ਵਾਚ ਕੇ ਔਰ ਉਸ ਨੂੰ ਗੱਲ ਕਰਨਾ ਚਾਹੁੰਦੇ ਹਾਂ ਕਿ ਇਹ ਆਪਣੀ ਲਿਆਕਤ ਦੇ ਨਾਲ ਜੇ ਸਾਡੇ ਚੀਫ ਜਨਰਲ ਬਣਦੇ ਨੇ ਜਨਰਲ ਜੇ ਸਿੰਘ ਬਣ ਰਹੇ ਨੇ ਜਾਂ ਜਨਰਲ ਵਿਕਰਮ ਸਿੰਘ ਬਣ ਰਹੇ ਨੇ ਤਾਂ ਇਹ ਆਪਣੀ ਬਹਾਦਰੀ ਦੇ ਨਾਲ ਆਪਣੀ ਦ੍ਰਿੜਤਾ ਦੇ ਨਾਲ ਔਰ ਆਪਣੀ ਕੁਆਲੀਫਿਕੇਸ਼ਨ ਦੇ ਨਾਲ ਬਣ ਰਹੇ ਨੇ ਇਹਦੇ ਉੱਪਰ ਕਿਸੇ ਨੂੰ ਦੁੱਖ ਨਹੀਂ ਹੋਣਾ ਚਾਹੀਦਾ ਜਿਹੜੀਆਂ ਫਿਰਕਾ ਪ੍ਰਸਤ ਲੋਕ ਨੇ ਉਹ ਲੌਬਿੰਗ ਜ਼ਰੂਰ ਕਰਦੇ ਨੇ ਕਿ ਐਸੇ ਜਨਰਲ ਜਿਹੜੇ ਆ ਉਹ ਅੱਗੇ ਨਾ ਆ ਸਕਣ ਇਹ ਆਪਣੇ ਆਪ ਵਿੱਚ ਇੱਕ ਸ਼ਰਮਨਾਕ ਗੱਲ ਹੈ ਜਦੋਂ ਕਿ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਬਾਰਡਰ ਦੇ ਉੱਪਰ ਜਿੱਥੇ ਕਾਰਗਿਲ ਦੇ ਵਿੱਚ ਜਾਂ ਜਿਸ ਵੀ ਲੇਹ ਲਦਾਖ ਦੇ ਵਿੱਚ ਔਰ ਸ਼ਾਂਤੀ ਵਾਸਤੇ ਸ਼੍ਰੀਲੰਕਾ ਦੇ ਵਿੱਚ ਔਰ ਵੱਖ ਵੱਖ ਦੇਸ਼ਾਂ ਦੇ ਵਿੱਚ ਅਰਬ ਕੰਟਰੀਆਂ ਦੇ ਵਿੱਚ ਇੱਥੋਂ ਪੀਸ ਵਾਸਤੇ ਇਹ ਸਿੱਖਾਂ ਨੂੰ ਚੁਣ ਚੁਣ ਕੇ ਭੇਜਦੇ ਆ ਤੇ ਇਹ ਜੇਕਰ ਕੋਈ ਸਾਡਾ ਚੀਫ ਜਨਰਲ ਆਰਮੀ ਸਟਾਫ ਬਣਦਾ ਹੈ ਤਾਂ ਆਪਣੀ ਲਿਆਕਤ ਨਾਲ ਬਣ ਰਿਹਾ ਉਹਦੇ ਉੱਪਰ ਇਹੋ ਜੀ ਘਟੀਆ ਸ਼ਬਦਾਵਲੀ ਵਰਤ ਕੇ ਉਹਨੂੰ ਆਪਣੇ ਕਰਨਾ ਡੈਮੇਜ ਕਰਨ ਦੀ ਕੋਸ਼ਿਸ਼ ਕਰਨੀ ਇਹ ਇੱਕ ਸ਼ਰਮਨਾਕ ਆ ਹਾਂ ਅਸੀਂ ਇਹਦੇ ਬਿਲਕੁਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜ਼ੋਰਦਾਰ ਨਿੰਦਾ ਕਰ ਬਹੁਤ ਧੰਨਵਾਦ ਬਹੁਤ ਅੱਛਾ ਲੱਗਾ ਜਿੰਨੇ ਕੁ ਵਿਚਾਰ ਇਸ ਵਕਤ ਅਸੀਂ ਕੈਚ ਕਰ ਸਕੇ ਮੈਂ ਤਾਂ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਸੀ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਕਿਉਂਕਿ ਉਹ ਨਹੀਂ ਕੈਮਰੇ ਸਾਹਮਣੇ ਆਉਣਾ ਚਾਹੁੰਦੇ ਚਲੋ ਗਵਾਹਾਂ ਨੂੰ ਰੋਕਿਆ ਹੋਇਆ ਚਲੋ ਕੋਈ ਗੱਲ ਨਹੀਂ ਪੀਰ ਮੁਹੰਮਦ ਸਾਹਿਬ ਨੇ ਦੱਸਿਆ ਕਿ ਸ਼ਾਇਦ ਕੋਈ ਗੱਲ ਨਹੀਂ ਆਪਣੇ ਕਾਨੂੰਨ ਦੇ ਜਿਹੜਾ ਨਾ ਕੋਈ ਕੋਈ ਗੱਲ ਨਾ ਸਾਹਮਣੇ ਆ ਸਕੇ ਠੀਕ ਹੈ ਜੀ ਜਿਹੜੀ ਕਿ ਮੀਡੀਆ ਦੇ ਵਿੱਚ ਕੋਈ ਐਸੀ ਗੱਲ ਹੋ ਜਾਵੇ ਬਹੁਤ ਅੱਛਾ ਲੱਗਾ ਜੀ ਆਪ ਜੀ ਦੇ ਨਾਲ ਗੱਲਬਾਤ ਕਰਕੇ ਔਰ ਇਸ ਵਕਤ ਆਪਾਂ ਕੜਕੜਡੂਮਾ ਦੀ ਅਦਾਲਤ ਤੋਂ ਮੈਂ ਆਪ ਜੀ ਦਾ ਅਰਦਾਸ ਗੁਰਦੀਪ ਸਿੰਘ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਤੋ ਕੜਕੜਡੂਮਾ ਦੀ ਅਦਾਲਤ ਯਾਨੀ ਕਿ ਦਿੱਲੀ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਜਿਵੇਂ ਕਿ ਆਪ ਜੀ ਨੇ ਦੇਖ ਹੀ ਲਿਆ ਕਿ ਜਿੰਨੀ ਕੀ ਵੀ ਅਸੀਂ ਆਪ ਜੀ ਤੱਕ ਪਹੁੰਚਾ ਸਕੇ ਗੱਲਬਾਤ ਆਪਣਾ ਕਰਮ ਨਿਭਾ ਸਕੇ ਫੁਲਕਾ ਸਾਹਿਬ ਦੇ ਨਾਲ ਗੱਲਬਾਤ ਹੋਈ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਕਰਨੈਲ ਸਿੰਘ ਜੀ ਪੀਰ ਮੁਹੰਮਦ ਹੋਣਾ ਦੇ ਨਾਲ ਗੱਲਬਾਤ ਹੋਈ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਦਵਿੰਦਰ ਸਿੰਘ ਜੀ ਸੋਢੀ ਹੋਣਾ ਦੇ ਨਾਲ ਗੱਲਬਾਤ ਹੋਈ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਸ਼ੁਕਰਾਨਾ ਆਪ ਸਭਨਾਂ ਦਾ ਵੀ ਜਿਹੜੇ ਦੇਖਦੇ ਹੋ ਔਰ ਦੇਖ ਕੇ ਸਾਨੂੰ ਧੰਨਵਾਦੀ ਬਣਾਉਂਦੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਔਰ ਇਹੋ ਜੀ ਕਹਾਂਗਾ ਦੇਖਦੇ ਰਹਿਣਾ ਜੀ ਸਿੱਖ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ